ਬੱਚੇ ਠੀਕ ਹੈ ਜੀ? ਹਾਂਜੀ ਹਾਂਜੀ ਬੱਚੇ ਲੈ ਗਏ ਸਨ। ਵੋਟਾਂ ਵਾਲੇ ਦਿਨ ਪੰਜਾਬ ਦੇ ਵਿੱਚ ਮੌਸਮ ਦੇ ਵਿੱਚ ਤਬਦੀਲੀ ਆਈ ਹੈ। ਦੱਸ ਦਈਏ ਕਿ ਕਈ ਥਾਵਾਂ ਤੇ ਤੇਜ਼ ਹਨੇਰੀ ਚੱਲ ਰਹੀ ਹੈ ਤੇ ਫਰੀਦਕੋਟ ਦੇ ਵਿੱਚ ਤੇਜ਼ ਹਨੇਰੀ ਦੇ ਕਾਰਨ ਪੋਲਿੰਗ ਬੂਥ ਦਾ ਸ਼ੈਡ ਡਿੱਗ ਗਿਆ। ਹਾਲਾਂਕਿ ਇਸ ਦੌਰਾਨ ਪੋਲਿੰਗ ਸਟਾਫ ਵਾਲ ਵਾਲ ਬਚਿਆ ਹੈ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿਸ ਢੰਗ ਦੇ ਨਾਲ ਪੋਲਿੰਗ ਬੂਥ ਦਾ ਸ਼ੈਡ ਡਿੱਗ ਪਿਆ ਹੈ ਤੇ ਲੋਕ ਇਸ ਦੌਰਾਨ ਵੋਟ ਪਾਉਣ ਲਈ ਪਹੁੰਚੇ ਹੋਏ ਸਨ। ਤਾਂ ਦੱਸ ਦਈਏ ਕਿ ਤੇਜ਼ ਹਨੇਰੀ ਦੇ ਕਾਰਨ ਪੋਲਿੰਗ ਬੂਥ ਦਾ ਇਹ ਸ਼ੈਡ ਡਿੱਗਿਆ ਹੈ। ਤਸਵੀਰਾਂ ਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਹੈ ਕਿ ਕਿਵੇਂ ਪੋਲਿੰਗ ਬੂਥ ਦਾ ਸ਼ੈੱਡ ਡਿੱਗ ਪਿਆ ਹੈ। ਹਾਲਾਂਕਿ ਉਸ ਨੂੰ ਠੀਕ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਪੋਲਿੰਗ ਬੂਥ ਦਾ ਸ਼ੈੱਡ ਡਿੱਗਿਆ ਹੈ। ਫਰੀਦਕੋਟ ਤੋਂ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਪੋਲਿੰਗ ਬੂਥ ਦਾ ਸ਼ੈੱਡ ਡਿੱਗਿਆ ਹੈ। ਤੇਜ਼ ਹਨੇਰੀ ਦੇ ਕਾਰਨ ਇਹ ਸ਼ੈੱਡ ਡਿੱਗ ਪਿਆ ਹੈ। ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ। ਪੋਲਿੰਗ ਸਟਾਫ ਵੀ ਵਾਲ ਵਾਲ ਬਚਿਆ ਹੈ। ਲੋਕ ਵੋਟ ਪਾਉਣ ਲਈ ਪਹੁੰਚੇ ਹੋਏ ਸਨ। ਇਸ ਦੌਰਾਨ ਤੇਜ਼ ਹਨੇਰੀ ਚੱਲਣ ਲੱਗੀ। ਤੇਜ਼ ਹਨੇਰੀ ਦੇ ਕਾਰਨ ਇਹ ਪੋਲਿੰਗ ਬੂਥ ਦਾ ਸ਼ੈੱਡ ਡਿੱਗ ਪਿਆ। ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਤਾਪਮਾਨ ਕਾਫੀ ਵਧਿਆ ਹੋਇਆ ਹੈ। ਲੋਕ ਗਰਮੀ ਤੋਂ ਪਰੇਸ਼ਾਨ ਸੀ ਤੇ ਅੱਜ ਮੌਸਮ ਨੇ ਕਰਵਟ ਲਈ ਹੈ, ਮਿਜਾਜ ਬਦਲਿਆ ਹੈ ਮੌਸਮ ਦਾ। ਕਈ ਥਾਵਾਂ ਤੇ ਤੇਜ਼ ਹਨੇਰੀ ਚੱਲਣ ਦੀਆਂ ਖਬਰਾਂ ਨੇ। ਤਾਂ ਹੁਣ ਫਰੀਦਕੋਟ ਦੇ ਵਿੱਚ ਤੇਜ਼ ਹਨੇਰੀ ਦੇ ਕਾਰਨ ਇਹ ਪੋਲਿੰਗ ਬੂਥ ਦਾ ਸ਼ੈੱਡ ਡਿੱਗ ਪਿਆ ਹੈ। ਬੱਚੇ ਠੀਕ ਹੈ ਜੀ? ਹਾਂਜੀ ਹਾਂਜੀ ਬੱਚੇ ਲੈ ਗਏ ਸਨ। ਆ ਬਜ਼ੁਰਗਾਂ ਨੂੰ ਅੰਦਰ ਲੈ ਕੇ ਜਾਓ ਪਹਿਲਾਂ। ਆਏ ਤਾਂ ਉਹੀ ਰੱਖੇ ਹੁੰਦੇ ਪੈਰ। ਮੈਂ ਨਵਰਾ।